ਡਾਕਟਰ ਸਾਹਿਬ ਦੀ ਇਸ ਕਵਿਤਾ ਜਿੰਨੀ ਵੀ ਦਾਅ ਦਿੱਤੀ ਜਾਵੇ ਥੋੜ੍ਹੀ ਹੈ, ਔਰ ਉਹਨਾਂ ਨੇ ਆਪਣੇ ਦੇਸ਼ ਦੀ ਮੌਜੂਦਾ ਪੁਰਾਣੀ ਸਥਿਤੀ ਜਿਹੜੀ ਆ ਉਹ ਤੋਂ ਸਾਨੂੰ ਸਭ ਨੂੰ ਬਾਖੂਬੀ ਜਾਣੂ ਕਰਵਾਇਆ ਹੈ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਸਰਦਾਰ ਭਰਪੂਰ ਸਿੰਘ ਜੀ ਗਰੇਵਾਲ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਪਿਛਲੇ ਵਾਰੀ ਤੋਂ ਉਹਨਾਂ ਨੇ ਚੁਟਕਲੇ ਸੁਣਾਏ ਸੀ, ਅੱਜ ਮੈਂ ਉਹਨਾਂ ਨੂੰ ਪੁੱਛ ਨਹੀਂ ਸਕਿਆ ਉਹਨਾਂ ਦਾ ਕੀ ਪ੍ਰੋਗਰਾਮ ਹੈ, ਸੋ ਆਪ ਆਪਣਾ ਪ੍ਰੋਗਰਾਮ ਸ਼ੁਰੂ ਕਰੋ। ਧੰਨਵਾਦ ਸਰ। ਪ੍ਰਧਾਨ ਸਾਹਿਬ, ਕਮੇਟੀ ਮੈਂਬਰਾਂ ਅਤੇ ਮੇਰੇ ਸਾਰੇ ਵੀਰੋ, ਤੁਹਾਨੂੰ ਪਤਾ ਹੀ ਹੈ ਵੀ ਆਪਣੇ ਸੋਸਾਇਟੀ ਦੇ ਵਿੱਚ ਜਿਵੇਂ ਭੁੱਲਰ ਸਾਹਿਬ ਹੈ, ਬਰਾੜ ਸਾਹਿਬ ਹੈ, ਹੋਰ ਕਈ ਪੁਰਾਣੇ ਕਲਾਕਾਰ ਹੈ ਜਿਨ੍ਹਾਂ ਨੇ, ਅਤੇ ਬੱਬਰ ਸਾਹਿਬ ਵੀ ਇੱਥੇ ਬੈਠੇ ਹੈ, ਜਿਹੜੇ ਕਿ ਹਰ ਸਮੇਂ ਹਰ ਮੌਕੇ ਦੇ ਉੱਤੇ ਸੋਹਣੇ ਰੰਗ ਬੰਨ ਦਿੰਦੇ ਨੇ। ਅਤੇ ਮੈਂ ਤਾਂ ਐਵੇਂ ਇੱਕ ਨਿਗੂਣੇ ਦੇ, ਕਿਉਂਕਿ ਮੇਰੇ ਕੋਲ ਕੋਈ ਕਵਿਤਾ ਨਹੀਂ ਹੈ, ਕੋਈ ਗੀਤ ਗਾਉਣ ਦਾ ਮੈਂ ਕੋਈ ਬਾਹਰ ਨਹੀਂ ਹੈ, ਅਤੇ ਐਵੇਂ ਹਿੱਸਾ ਲੈਣ ਵਾਸਤੇ ਤੁਹਾਡੇ ਵਿੱਚ ਸ਼ਾਮਿਲ ਹੋਣ ਵਾਸਤੇ ਦੋ ਚਾਰ ਮਿੰਟ ਆਪਦਾ ਕੱਢ ਲੈਂਦਾ ਹੈ, ਤਾਂ ਗੱਲਾਂ ਹੀ ਕਰਨੀਆਂ ਚਾਰ ਕੁ। ਇੱਕ ਸ਼ੇਰ ਤੁਸੀਂ ਆਪ ਸੁਣਿਆ ਹੋਣਾ ਹੈ, ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੀ ਖੁਦ ਪੁੱਛੇ ਪਤਾ ਦੇਰ ਹੀ ਜ਼ਿਆਦਾ ਕਿਹਾ। ਇਹ ਆਪਾਂ ਆਮ ਹੀ ਸੁਣਿਆ। ਪਹਿਲੇ ਦੇ ਨਾਲ ਇੱਕ ਥੋੜ੍ਹੀ ਜਿਹੀ ਕਹਾਣੀ ਮੈਂ ਸੁਣਾਉਣ ਲੱਗਾ ਹੈ। ਆਪਣੇ ਦੇਸ਼ ਦੇ ਵਿੱਚ ਲਖਨਊ ਸ਼ਹਿਰ ਜਿਹੜਾ ਹੈ ਉਹ ਉਰਦੂ ਦੇ ਸ਼ਹਿਰਾਂ ਦਾ ਗੜ ਸਮਝਿਆ ਜਾਂਦਾ ਹੈ, ਅਤੇ ਉੱਥੇ ਆਮ ਮੁਸ਼ਾਇਰੇ ਹੁੰਦੇ ਰਹਿੰਦੇ ਹੈ। ਅਤੇ ਇਸੇ ਤਰ੍ਹਾਂ ਕਿਸੇ ਟਾਈਮ ਇੱਕ ਮੁਸ਼ਾਇਰਾ ਹੋਇਆ, ਅਤੇ ਤੁਹਾਨੂੰ ਪਤਾ ਜਿਹੜਾ ਕਵੀ ਹੈ ਖਾਸ ਤੌਰ 'ਤੇ ਉਰਦੂ ਦੇ ਹੈ, ਇਹਨਾਂ ਤੋਂ ਰਿਹਾ ਨਹੀਂ ਜਾਂਦਾ, ਬਹੁਤ ਕੋਈ ਵੱਡੀ ਉਮਰ ਦਾ ਕਮਜ਼ੋਰ ਜਿਹਾ ਕਵੀ ਸੀ, ਤਾਂ ਉਹ ਵੀ ਉਸ ਮੁਸ਼ਾਇਰੇ 'ਚ ਆਇਆ, ਤਾਂ ਉਸਨੇ ਇਹੀ ਸ਼ੇਰ ਪੜ੍ਹਿਆ। ਪੜ੍ਹ ਲੱਗਾ ਖੁਦੀ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੀ ਖੁਦ ਪੁੱਛੇ ਪਤਾ ਤੇਰੀ ਰਜ਼ਾ ਕਿਆ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਵਿਚਾਰਾ ਮਰੀਜ਼ ਸੀ, ਖੰਘ ਦਾ ਖੰਘ ਚੜ ਗਈ, ਚੜ੍ਹਦੇ ਚੜ੍ਹਦੇ ਥੱਲੇ ਬਹਿ ਗਿਆ, ਅਤੇ ਕਹਿੰਦੇ ਕੋਲ ਨਾ ਰੱਬ ਦੇ ਜਿਹੜੇ ਜਮਦੂਤ ਕਰਦੇ ਸੀਗੇ ਉਹ ਉਹਨਾਂ ਨੂੰ ਹੌਲੀ ਦੇਣੀ ਇੱਕ ਕੰਨ 'ਚ ਆ ਗਿਆ ਹੁੰਦਾ, ਅਤੇ ਬਤਾ ਤੇਰੀ ਰਜ਼ਾ ਕਿਆ ਹੈ, ਹੁਣੇ ਚੱਲਣਾ ਕਿ ਠਹਿਰ ਕੇ ਆਈਏ। ਪਰ ਉਹ ਵੀ ਹਾਲੇ ਮੁੰਡਾ ਪੱਕਾ ਸੀ, ਉਹ ਕਹਿੰਦਾ ਨਹੀਂ ਹਲੇ ਮੇਰੀ ਰਜ਼ਾ ਨਹੀਂ, ਥੋੜ੍ਹੀ ਦੇਰ ਬਾਅਦ ਸੁਰ ਸੰਭਲ ਗਈ ਤਾਂ ਉੱਠ ਕੇ ਲੈ ਗਿਆ, ਜਿਸ ਕਰਕੇ ਮੈਂ ਸੁਣਾ ਆਪਾਂ ਤਾੜੀਆਂ ਮਾਰ ਗਏ। ਇੱਕ ਆਮ ਕਹਾਵਤ ਹੈ ਕਿ ਕਿਤੇ ਉੱਠ ਲੈਂਦਾ ਜਾਂ ਲੈਂਦਾ ਜਾ ਰਿਹਾ ਸੀ, ਉੱਠ ਕੇ ਉੱਤੇ ਵਾਹਵਾ ਭਾਰ ਪਾਤਾ, ਵਾਹਵਾ ਭਾਰ ਪਾਤਾ, ਅਤੇ ਜੋਟ ਨੂੰ ਚੱਕਣ ਲਈ ਹੋਰ ਕਣਕ ਦੀਆਂ ਦੋ ਤਿੰਨ ਬੋਰੀਆਂ ਅਤੇ ਹੋਰ ਕਰਦਾ ਲੱਟਣ ਬਟਣ ਸੀ, ਅਤੇ ਉੱਠ ਨੂੰ ਉਠਾਉਣ ਲੱਗੇ ਅਤੇ ਉੱਠ ਤੋਂ ਉੱਠਿਆ ਨਾ ਜਾਵੇ ਭਾਰ ਜ਼ਿਆਦੇ ਹੋ ਗਿਆ। ਅਤੇ ਇੱਕ ਵਿੱਚੋਂ ਆਉਂਦਾ ਓਏ ਛਾਣਨੀ ਲਾ ਦਿਓ, ਓਏ ਭਾਰ ਥੋੜ੍ਹਾ ਹੋ ਜਾਊ ਉੱਠ ਖੜੂ, ਤੁਹਾਨੂੰ ਪਤਾ ਹੀ ਉੱਠ ਤੋਂ ਛਾਣਨੀ ਲਾਏ ਤਾਂ ਕੀ ਹੁੰਦਾ। ਉਸ ਮੈਂ ਥੋੜ੍ਹੇ ਦਿਨ ਹੋਏ ਆਪਾਂ ਸਾਰਿਆਂ ਨੇ ਪੜ੍ਹਿਆ ਹੈ ਕਿ ਪੰਜਾਬ ਸਰਕਾਰ ਨੇ ਸੋਚਿਆ ਕਿ ਸਰਕਾਰ 'ਤੇ ਭਾਰ ਬਹੁਤ ਪੈ ਗਿਆ, ਸਰਕਾਰ ਮਾਇਕ ਤੌਰ 'ਤੇ ਬਹੁਤ ਕਮਜ਼ੋਰ ਹੋ ਗਈ ਹੈ, ਖਜ਼ਾਨਾ ਖਾਲੀ ਹੋ ਗਿਆ, ਕਿਉਂ ਨਾ ਜਿਹੜੇ ਆ ਜਿਹੜੇ ਪੈਨਸ਼ਨਰ ਆਪਾਂ ਇਹਨਾਂ ਦੀਆਂ ਪੈਨਸ਼ਨਾਂ ਜਿਹੜੇ ਭੱਤੇ ਭੁੱਤੇ 'ਚ ਬੰਦ ਕਰ ਦਈਏ, ਸ਼ਾਇਦ ਸਰਕਾਰ ਨੂੰ ਕੋਈ ਸੌਖਾ ਸਾਹ ਆ ਜਾਵੇ, ਹੈ ਨਾ। ਸੋ ਤੁਸੀਂ ਸੋਚੋ ਵੀ ਪਰਿਓ ਮਾਣਸੋ ਜੇ ਰੇਤੇ ਨਾਲ ਤੁਹਾਡਾ ਰੇਤੇ ਰੇਤੇ ਲੁੱਟ ਲੁੱਟ ਕੇ ਬਜਰੀ ਲੁੱਟ ਲੁੱਟ ਕੇ ਹੋਰ ਇੰਨੀਆਂ ਲੁੱਟਾਂ ਪਾ ਕੇ ਤੁਹਾਡੇ ਖਜ਼ਾਨੇ ਨਹੀਂ ਭਰੇ, ਅਤੇ ਤੁਹਾਡੇ ਖਜ਼ਾਨਾ ਕੀ ਹੈ, ਨਿੱਕੇ ਜਿਹੇ ਉੱਠ ਤੋਂ ਭਾਵੇਂ ਛਾਣਨੀ ਲਾਉਣ ਮੰਗੂ, ਇਹਨਾਂ ਵਿਚਾਰਿਆਂ ਗਰੀਬਾਂ ਦੀਆਂ, ਜਾਂ ਗਰੀਬ ਨਹੀਂ ਮੈਂ ਕਹਿ ਦਿੰਦਾ,
ਬਜ਼ੁਰਗਾਂ ਦੀ ਯਾਦ ਵਿੱਚ ਹਾਂ ਜਾਂ ਪੈਨਸ਼ਨਰ ਹੋ ਕੇ ਕੀ ਤੁਹਾਡਾ ਖਜ਼ਾਨਾ ਭਰ ਜੂਗਾ। ਸੋ ਇਹ ਇੱਕ ਛੋਟੀ ਜਿਹੀ ਗੱਲ ਹੈ। ਇੱਕ ਮੈਂ ਤੁਹਾਨੂੰ ਸੁਣਾਉਣ ਲੱਗਾ ਸੁਖੀ ਪਰਿਵਾਰ ਦੀ ਗੱਲ। ਇੱਕ ਸ਼ਹਿਰ ਸੀ, ਉਸ ਦਾ ਇੱਕ ਕਸਬਾ ਸੀ, ਉਸਦੇ ਵਿੱਚ ਕੋਈ ਪਰਿਵਾਰ ਰਹਿੰਦਾ ਸੀ ਜਿੱਥੋਂ ਦੀ ਸਾਰਾ ਕਸਬਾ ਤਕਰੀਬਨ ਲੰਘ ਕੇ ਜਾਂਦਾ ਹੁੰਦਾ ਸੀ। ਜਦੋਂ ਉਹਨਾਂ ਲੰਘਣਾ ਅਤੇ ਉਸ ਘਰ ਦੇ ਵਿੱਚੋਂ ਹੱਸਣ ਖੇਡਣ ਦੀਆਂ ਤਾੜੀਆਂ ਮਾਰਨ ਦੀਆਂ ਹੋਦੀਆਂ ਉੱਚੀ ਉੱਚੀ ਆਵਾਜ਼ਾਂ ਹੁੰਦੀਆਂ ਸੀ, ਸਾਰੇ ਮੁਹੱਲੇ ਵਾਲਿਆਂ ਨੇ ਸੋਚਣਾ ਵੀ ਦੇਖੋ ਕਿੱਡਾ ਸੁਖੀ ਪਰਿਵਾਰ ਹੈ, ਜਦੋਂ ਵੀ ਲੰਘੀਏ ਹੱਸਦੇ ਖੇਡਦੇ ਤਾੜੀਆਂ ਮਾਰਦੇ ਅਸੀਂ ਖੁਸ਼ ਹੈ। ਇੱਕ ਵਾਰੀ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਆਪਾਂ ਚੱਲ ਕੇ ਇਹਨਾਂ ਦੀ ਖੁਸ਼ੀ ਦਾ ਰਾਸਤਾ ਲੱਭੀਏ। ਉਹ ਸਾਰੇ ਜਾਣੇ ਜਦੋਂ ਇਕੱਠੇ ਹੋ ਕੇ ਆਏ ਤਾਂ ਘਰ ਦਾ ਜਿਹੜਾ ਪਰਿਵਾਰਕ ਮੈਂਬਰ ਸੀ ਵੱਡਾ ਕੋਈ ਖਾਨ ਸਾਹਿਬ ਜਾਂ ਚੌਧਰੀ ਸਾਹਿਬ, ਉਹਨੂੰ ਬਾਹਰ ਬੁਲਾ ਕੇ ਕਹਿੰਦੇ ਕਿ ਜੀ ਇੱਕ ਬੇਨਤੀ ਹੈ ਸਾਡੀ, ਅਸੀਂ ਨਾ ਤੁਹਾਡੇ ਪਰਿਵਾਰ ਦੀ ਖੁਸ਼ੀ ਦਾ ਰਾਸ ਜਾਣਨਾ ਚਾਹੁੰਦੇ ਹਾਂ। ਕੀ ਰਾਸ ਹੈ? ਉਹਨੇ ਕੀ ਗੱਲ ਜੀ ਰਾਸ ਖੁਸ਼ੀ ਕਿਵੇਂ? ਕਹਿੰਦਾ ਵੀ ਜਦੋਂ ਵੀ ਅਸੀਂ ਲੰਘਦੇ ਹਾਂ ਤੁਹਾਡੇ ਘਰ ਦੇ ਉੱਤੇ ਤਾੜੀਆਂ ਹਾਸੇ ਤਾਂਟਾ ਹਨ ਕਿਲਗਲੀਆਂ ਵੱਜਦੀਆਂ। ਉਹ ਕਹਿੰਦਾ ਰਹਿਣ ਦਿਓ ਭਲੇ ਮਾਨਸੋ, ਕੀ ਲੈਣਾ ਪੁੱਛ ਕੇ, ਇਹ ਤਾਂ ਬੁੱਝੀ ਰਹਿਣ ਦਿਓ ਗੱਲ। ਸਾਰੇ ਖੜਾ ਕਰਨ ਲੱਗ ਗਏ, ਕਹਿੰਦਾ ਚਲੋ ਜੇ ਤੁਸੀਂ ਖੜਾ ਕਰਦੇ ਹਾਂ ਤਾਂ ਮੈਂ ਦੱਸ ਹੀ ਦਿੰਦਾ। ਕਹਿੰਦਾ ਵੀ ਅਸਲ ਵਿੱਚ ਗੱਲ ਇਹ ਹੈ ਵੀ ਮੇਰੇ ਪਰਿਵਾਰ ਦੇ ਵਿੱਚ ਨਾ ਤਿੰਨ ਤਾਂ ਮੇਰੀਆਂ ਧੀਆਂ ਅਤੇ ਤਿੰਨ ਮੇਰੇ ਪੁੱਤ ਹੈ, ਦੋ ਅਸੀਂ ਦੋਨੋਂ ਜੀ ਹੋ ਗਏ, ਅੱਠ ਜਾਣੇ ਹੋ ਗਏ, ਅਤੇ ਦੋ ਸਾਡੇ ਨੌਕਰ ਰੱਖੇ ਆ, ਇੱਕ ਬੰਦਾ ਨੌਕਰ ਹੈ, ਇੱਕ ਬੁੜੀ ਹੈ ਘਰ ਦਾ ਕੰਮ ਕਾਰ ਕਰਨ ਵਾਸਤੇ, ਤਾਂ ਉਹ ਹੋ ਗਏ ਦਸ ਜਾਣੇ ਹੋ ਗਏ। ਗੱਲ ਅਸਲ ਇਹ ਹੈ ਵੀ ਭਾਵਾਂ ਅਸੀਂ ਕੰਮਾਂ ਕਾਰਾਂ ਤੋਂ ਕਿੱਥੋਂ ਭੱਜ ਗਏ, ਜਦੋਂ ਸ਼ਾਮ ਨੂੰ ਘਰੋਂ ਆਉਂਦੇ ਹਾਂ ਨਾ ਤਾਂ ਸਾਡੇ ਦੋਵਾਂ ਜੀਆਂ ਦੀ ਕਿਸੇ ਨਾ ਕਿਸੇ ਗੱਲੋਂ ਲੜਾਈ ਜ਼ਰੂਰ ਹੋ ਜਾਂਦੀ। ਲੜਾਈ ਦੀ ਨੌਬਤ ਇੱਥੋਂ ਤੱਕ ਪਹੁੰਚ ਜਾਂਦੀ ਹੈ ਅਤੇ ਅਸੀਂ ਇੱਕ ਦੂਜੇ ਬੰਨੀ ਟੁੱਟੀਆਂ ਚਲਾਉਣ ਲੱਗ ਜਾਂਦੇ, ਕਦੇ ਬੋਕਰਾਂ ਚਲਾਉਣ ਲੱਗ ਜਾਂਦੇ ਹਾਂ। ਤੋ ਕਹਿੰਦਾ ਉਹ ਕੁੜੀਆਂ ਜਿਹੜੀਆਂ ਉਹ ਮੇਰੀ ਮਾਂ ਦਾ ਪੱਕ ਕਰਦੀਆਂ, ਨੌਕਰਾਣੀ ਵੀ ਉੱਧਰ ਆ ਜਾਂਦੀ ਹੈ, ਅਤੇ ਪੁੱਤ ਅਤੇ ਜਿਹੜਾ ਨੌਕਰ ਆ ਉਹ ਮੇਰਾ ਪੱਕ ਕਰਦੇ ਆ। ਉਹ ਜਦੋਂ ਡਿਊਟੀ ਚਲਾਉਂਦੇ ਜੇ ਮੇਰੇ ਵੱਜੇ ਉਹ ਤਾੜੀਆਂ ਚੱਕ ਦਿੰਦੇ ਆ, ਜੇ ਕਹਿੰਦੇ ਨੇਰੇ ਨਾ ਵੱਜੇ ਤਾਂ ਮੁੰਡੇ ਤਾੜੀਆਂ ਚੱਕ ਦਿੰਦੇ ਆ। ਅੱਧਾ ਪੌਣਾ ਘੰਟਾ ਹੀ ਗੱਲ ਕਰਦੇ ਰਹਿੰਦਾ ਅਤੇ ਦੋਨੋਂ ਵਹਿਮ ਹੋ ਗਿਆ ਵੀ ਅਸੀਂ ਕਦੀ ਕਿੱਡੇ ਸੁਖੀ ਪਰਿਵਾਰ ਹੈ। ਕਈ ਵਾਰੀ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸੁਖੀ ਪਰਿਵਾਰ ਵੀ ਆ ਜਾਂਦੇ। ਹਾਂਜੀ, ਹੁਣ ਮੈਂ ਅੱਗੇ ਗੱਲ ਕਰਨ ਲੱਗਾ। ਇੱਥੇ ਆ ਕਲਾਕਾਰ ਆਪਣੇ ਸੁਰਿੰਦਰ ਮੁੰਡਾ ਹੈ, ਉਹਦੇ ਕੋਲ ਤੁਸੀਂ ਗੀਤ ਵੀ ਸੁਣੇ ਹੈ, ਹੋਰ ਕਵਿਤਾ ਮੈਂ ਵੀ ਸੁਣੀ ਹੈ। ਸਾਡੇ ਪਿੰਡ ਦਾ ਇੱਕ ਕਵੀ ਹੁੰਦਾ ਸੀ ਗੁਰਦੀਪ ਕੋਰੀਆ, ਸਾਡੇ ਪਿੰਡ ਦਾ, ਸਾਡੇ ਘਰਾਂ ਦਾ, ਮੇਰੇ ਬਹੁਤ ਦਿਲ ਦੇ ਨੇੜ ਸੀ। ਐਡੇ ਸੋਹਣੇ ਗੀਤ ਲਿਖਦਾ ਸੀ, ਸ਼ਾਇਦ ਤੁਸੀਂ ਉਹਦੇ ਦੋ ਚਾਰ ਰਿਕਾਰਡ ਵੀ ਸੁਣੋ, ਮੇਰੀ ਮੱਝ ਕੀ ਤਵੇ ਅਤੇ ਰੋਟੀ ਦਿਓਰਾ ਮੇਰੀ ਮਾਂ ਛੱਡਦੀ। ਸੋ ਇਸ ਸੁਣ ਦੇ ਨਾਲ ਪਾਲੀ ਪਾਣੀ ਖੂਹ ਤੋਂ ਭਰੇ। ਤਾਰ ਬਾਬੂ ਨੇ ਉਹਦੇ ਗੀਤ ਲਿਖੇ ਅਤੇ ਨਰਿੰਦਰ ਬੀਬਾ, ਫਕੀਰ ਸਿੰਘ ਫਕੀਰ, ਜਮਲਾ ਜੱਟ, ਇਹਨਾਂ ਨੇ ਵੀ ਉਹਦੇ ਬਹੁਤ ਸਾਰੇ ਗੀਤ ਗਾਏ। ਪਰ ਅੱਜ ਕੇ ਜਾਈਏ ਉਸ ਵੇਲੇ ਉਹਦੇ ਪੁੱਤ ਦੇ ਉਹਨੇ ਕਿਸੇ ਤੋਂ ਇੱਕ ਆਪਣੇ ਗੀਤ ਦਾ ਉਸ ਵੇਲੇ ਆਨਾ ਨਹੀਂ ਲਿਆ। ਪਰ ਇੱਕ ਜ਼ਰੂਰ ਗੱਲ ਹੈ, ਜਦੋਂ ਉਹਦੇ ਪਰਿਵਾਰ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਸੀ ਨਾ ਅਤੇ ਉਹਦੇ ਸੱਦੇ 'ਤੇ ਸਾਰੇ ਬਿਣ ਬੁਲਾਏ, ਬਿਨਾਂ ਕਿਸੇ ਪੈਸੇ ਲਿਓ, ਆਪਣਾ ਖਰਚ ਕਰਕੇ ਉਹਦੇ ਕੋਲ ਆਉਂਦੇ ਹੁੰਦੇ ਸੀ। ਤਾਂ ਮੈਂ ਉਹਦੇ ਦੋ ਚਾਰ ਸ਼ੇਅਰ, ਦੋ ਗੱਲਾਂ ਤੁਹਾਨੂੰ ਦੱਸਣਾ ਚਾਹੁੰਦਾ, ਕਿਉਂਕਿ ਉਹ ਅਨਪੜ੍ਹ ਸੀ ਬਿਲਕੁਲ, ਉਹਨੂੰ ਆਪ ਲਿਖਣਾ ਨਹੀਂ ਆਉਂਦਾ, ਥੋੜ੍ਹੀ ਜਿਹੀ ਪੰਜਾਬੀ ਆਪਦੇ ਜ਼ੋਰ 'ਤੇ ਪੜ੍ਹਿਆ ਸੀ। ਤਾਂ ਉਹਨੇ ਇੱਕ ਕੱਚ ਦੀ ਦੁਆਤ ਹੁੰਦੀ ਨਾ ਚੌਰਸ ਜੀ, ਜਿਹਦੇ ਵਿੱਚ ਸੂਪ ਪਾਇਆ ਹੁੰਦਾ ਸੀ, ਅਤੇ ਇੱਕ ਜੈਕਟ ਦੀ ਨਿਬ ਲੈ ਕੇ, ਨਿਬ ਵਾਲਾ ਪੈਨ ਲੈ ਕੇ ਮੇਰੇ ਕੋਲ ਆ ਜਾਣਾ,
ਯਾਰ ਮੈਂ ਆਹ ਗੀਤ ਯਾਦ ਕੀਤਾ, ਗੀਤ ਬਣਾਇਆ, ਮੈਨੂੰ ਲਿਖ ਦੇ, ਤਾਂ ਮੈਥੋਂ ਲਿਖਾ ਜਾਂਦਾ ਸੀ ਆਮ ਤੌਰ 'ਤੇ। ਨਹੀਂ ਰਿਹਾ ਵਿਚਾਰਾ, ਸਮੇਂ ਦੀ ਮਾਰ ਸੀ, ਸਰਮਾਏਦਾਰ ਦੀ ਪੇਟ ਚੜ ਗਿਆ, ਕਿਉਂਕਿ ਵਾਹਗਾ ਗਾਹ ਦਾ ਖਿਆਲਾਂ ਦਾ ਸੀ। ਉਸਦੇ ਇੱਕ ਉਹਨੇ ਲਿਖਿਆ ਜੀ, ਉਹਨੇ ਕਹਿੰਦਾ ਮੈਂ ਇੱਕ ਵਾਰੀ ਵੇਖਿਆ ਨਹਿਰ ਦੇ ਕਿਨਾਰੇ ਦੇ ਉੱਤੇ ਹਰਨੀ ਪਾਣੀ ਪੀ ਰਹੀ ਹੈ, ਹਰਨੀ। ਤਾਂ ਉੱਥੇ ਨਾਲ ਹੀ ਕਿਤੇ ਖੇਤਾਂ 'ਚ ਤੁਰਿਆ ਬੰਦਾ, ਕੋਈ ਜਿਹੜੇ ਸਿਲੇ ਵਗੈਰਾ ਚੁੱਕਦੇ ਹੈ, ਅਤੇ ਕੁੜੀ ਜਿਹੜੀ ਆ ਉਹ ਵੀ ਉੱਥੋਂ ਪਾਣੀ ਭਰਨ ਆਈ ਸੀ। ਤਾਂ ਉਹਨੇ ਉਹਦੇ ਲਿਖਿਆ, ਬਹੁਤਾ ਤਾਂ ਨਹੀਂ ਮੈਂ ਥੋੜ੍ਹੇ ਜਿਹੇ ਗੱਲਾਂ, ਹਰਨੀ ਨੂੰ ਕਹਿੰਦਾ ਤੂੰ ਫਿਰ ਰਜਾਈ ਅਤੇ ਉਹ ਮਿਰਗ ਨੈਣੀ, ਹਰਨੀਏ ਤੂੰ ਮਿਰਗ ਜਾਈ ਅਤੇ ਉਹ ਮਿਰਗ ਨੈਣੀ, ਤੂੰ ਜਲ ਪੀਂਦੀ ਅਤੇ ਉਹ ਦਿਲ ਪੀਂਦੀ, ਪੀਨੀਆਂ ਦੋਨੋਂ ਪਰ ਪੀਨੀਆਂ ਅੱਖ ਚਰਾ ਕੇ, ਨਾ ਡਰ ਨਾ ਡਰ ਪੀਲਾ ਚਿੱਕੀ ਲਾ ਕੇ, ਨਾ ਡਰ ਨਾ ਡਰ ਪੀਲਾ ਚਿੱਕੀ ਲਾ ਕੇ। ਇੱਕ ਹੋਰ ਮੈਨੂੰ ਉਹਦੇ ਚਾਰ ਲਾਈਨਾਂ ਯਾਦ ਹੈ, ਹੀਰੇ ਅਤੇ ਮੋਤੀ ਲੈ ਲਓ, ਹੀਰੇ ਅਤੇ ਮੋਤੀ ਲੈ ਲਓ, ਨੈਣਾਂ ਅਤੇ ਨੈਣਾਂ ਦੀ ਜੋਤੀ ਲੈ ਲਓ, ਬੁੱਲਾਂ ਦੀ ਲੈ ਲਓ ਮੁਸਕਾਨ, ਬਾਬੇ ਨਾਨਕ ਨੇ ਖੋਲ੍ਹੀ ਹੈ ਦੁਕਾਨ, ਬਾਬੇ ਨਾਨਕ ਨੇ ਖੋਲ੍ਹੀ ਹੈ ਦੁਕਾਨ। ਮੈਂ ਆਖਿਰ ਵਿੱਚ ਕਹੂੰਗਾ ਆਪਣਾ ਪ੍ਰੋਗਰਾਮ ਜਿਹੜਾ ਹੈ ਇਸ ਪ੍ਰੋਗਰਾਮ ਨਾਲ ਰਿਲੇਟਡ, ਕਈ ਵੀ ਆਪਾਂ ਕਈ ਵਾਰੀ ਗੱਲ ਹੈ, ਯਾਰੋ ਕੋ ਯਾਰ ਮਿਲਤੇ ਹੈ ਸੇਬੋ ਅਨਾਰ ਮਿਲਕਰ ਬਣਕਰ, ਯਾਰੋ ਕੋ ਯਾਰ ਮਿਲਤੇ ਹੈ ਸੇਬੋ ਅਨਾਰ ਬਣਕਰ, ਦੋਸਤੋ ਹਮ ਵੀ ਫਿਰ ਮਿਲੇਂਗੇ ਫੂਲੋਂ ਕੇ ਹਾਰ ਬਣਕਰ, ਹਮ ਵੀ ਫਿਰ ਮਿਲੇਂਗੇ ਫੂਲੋਂ ਕੇ ਹਾਰ।